18 September 1 ਨੂੰ ਇੱਕ ਗੜੀ ਸੀ ਨਾਰਥ ਵੈਸਟ ਫਰੰਟੀਅਰ ਦੇ ਵਿੱਚ ਜਿੱਥੇ ਸਾਡੀ ਇੱਕ ਪਲਟੂਨ ਹਵਲਾ ਰਿਸ਼ਵ ਸਿੰਘ ਦੇ ਅਧੀਨ ਕਮਾਂਡ ਦੇ ਅਧੀਨ ਉੱਥੇ ਉਸ ਗੜੀ ਦੇ ਵਿੱਚ ਸੀ। ਉਹ ਕਮਿਊਨੀਕੇਸ਼ਨ ਪੋਸਟ ਸੀ ਜਿਹੜੇ ਦੋ ਕਿਲ੍ਹਿਆਂ ਦੇ ਦੀ ਕਮਿਊਨੀਕੇਸ਼ਨ ਰੱਖਦਾ ਸੀ, ਫੋਰਟ ਲੋਕਹਾਰਟ ਔਰ ਫੋਰਟ ਗੁਲਿਸਤਾਨ ਦਾ। ਔਰ ਇੱਥੇ ਇਹ ਅਫਰੀਦੀ ਔਰ ਹੁਰਕਜ਼ਾਈ ਦੋ ਉੱਧਰ ਦੇ ਬੰਦੇ ਨੇ ਜਿਹੜੇ ਟ੍ਰਾਈਬਸਮੈਨ ਨੇ, ਜਿੱਥੇ ਅੱਜ ਵੀ ਪਾਕਿਸਤਾਨੀ ਫੌਜ ਉਹਨਾਂ ਨਾਲ ਉੱਥੇ ਲੜ ਰਹੀ ਹੈ। ਉਹਨਾਂ ਨੇ ਜਾ ਕੇ ਇਕੱਠੇ ਉਸ 'ਤੇ ਹਮਲਾ ਕੀਤਾ ਅਤੇ ਉਸ ਪਲਟੂਨ ਨੇ ਪੂਰੀ ਦਲੇਰੀ ਨਾਲ ਲੜੇ। ਉਹਨਾਂ ਨੂੰ ਆਫਰ ਵੀ ਹੋਈ ਸੀ ਕਿ ਤੁਸੀਂ ਆਪਣੇ ਹਥਿਆਰ ਰੱਖ ਦਿਓ, ਚਲੇ ਜਾਓ, ਅਸੀਂ ਕੁਛ ਨਹੀਂ ਕਰਾਂਗੇ। ਕਹਿੰਦੇ ਨੇ ਅਸੀਂ ਲੜਾਂਗੇ, ਔਰ ਅਖੀਰਲੇ ਦਮ ਤੱਕ ਲੜਦੇ ਰਹੇ ਔਰ ਸਾਰੇ ਦੇ ਸਾਰੇ ਸ਼ਹੀਦ ਹੋਏ ਨੇ, ਬੜੀ ਬਹਾਦਰੀ ਨਾਲ ਸ਼ਹੀਦ ਹੋਏ ਨੇ। ਤਕਰੀਬਨ 600 ਦੇ ਕਰੀਬ ਅਫਰੀਦੀ ਜਿਹੜੇ ਸੀ ਉਹਨਾਂ ਦੀ ਲਾਸ਼ਾਂ ਬਾਅਦ 'ਚ ਮਿਲੀਆਂ, ਔਰ ਇਹ ਸੀ ਸਾਡੇ 22 ਮੁੰਡੇ ਸਰ, ਉਹਨਾਂ ਦੀ ਯਾਦ ਹੈ ਸਰ ਇਹਨਾਂ ਦੀ। ਔਰ ਇੱਥੇ ਹੀ ਬਰਕੀ ਦਾ ਮੈਮੋਰੀਅਲ ਈਸੀ ਡਿਵੀਜ਼ਨ ਦਾ 65 ਬ੍ਰਿਗੇਡ ਦਾ ਸੀ, ਔਰ ਮੈਨੂੰ ਯਾਦ ਹੈ ਉਹ ਦਿਨ ਕਿਉਂਕਿ ਮੈਂ ਉਦੋਂ ਜਨਰਲ ਭਗਤ ਸਿੰਘ ਦਾ ADC ਸੀ ਅਤੇ ਅਸੀਂ ਉਸ ਸ਼ਾਮ ਨੂੰ ਅੰਮ੍ਰਿਤਸਰ ਤੋਂ ਚੱਲੇ। 15 ਡੇਵ ਨੂੰ ਮਿਲੇ, ਫਿਰ 7 ਡੇਵ ਨੂੰ, ਫਿਰ 4 ਡੇਵ ਨੂੰ, ਔਰ ਅਸੀਂ ਕੋਰ ਹੈੱਡਕੁਆਰਟਰ ਰਹੀਆ ਪਹੁੰਚੇ 3 ਵਜੇ ਸਵੇਰੇ। ਉਹ ਦਿਨ ਰਾਤ ਨੂੰ ਇਹ ਹਮਲਾ ਹੋਇਆ ਸੀ, ਐਂਡ ਬੜੀ ਬਹਾਦਰੀ ਨਾਲ ਪਲਟਣ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹਾਦਰ ਪਲਟਣ ਉਹਨਾਂ ਦੀ ਦੋਨੋਂ ਜੰਗੀ ਨਿਸ਼ਾਨ ਇੱਧਰ ਇਸ ਸਾਰਾਗੜੀ ਇਲਾਕੇ ਦੇ ਵਿੱਚ ਹੈਗੇ, ਇੱਕ ਬਰਕੀ ਦਾ ਵੀ ਔਰ ਇੱਕ ਸਾਰਾਗੜੀ ਦਾ ਵੀ ਮੈਮੋਰੀਅਲ ਜੋ ਜਨਰਲ ਸਾਹਿਬ ਨੇ ਮੈਨੂੰ ਦੱਸਿਆ ਬਣਾਉਣ ਲੱਗੇ ਨੇ ਇੱਥੇ। ਜੋ ਪੰਜਾਬ ਗਵਰਨਮੈਂਟ ਇਸ ਵਾਸਤੇ ਕਰ ਸਕਦੀ ਅਸੀਂ ਹਰ ਵੇਲੇ ਹਾਸ। ਸਿਰਫ ਇਹੀ ਨਹੀਂ, ਇਸ ਪਲਟਨ ਨੇ ਚੀਨ ਦੀ ਲੜਾਈ 'ਚ ਵਾਲੋਂਗ ਸੈਕਟਰ ਦੇ ਵਿੱਚ ਇੱਕ ਮੇਰੇ ਸਾਡੇ ਸਕੂਲ ਦੇ ਦੋਸਤ ਸੇ ਯਾਦ ਸੈਕਟਰ